ਤੈਨੂੰ ਬਥੇਰਾ ਕਹਿੰਦਾ ਸੀ ਵੀ ਗੱਡੀ ਚੱਜਦੀ ਨਹੀਂ, ਏਦਾਂ ਕਰ ਜਵਾਕ ਮਾਰੇਗਾ ਤੂੰ ਜਾਂਦੇ। ਹਾਏ ਵੇ ਕਰੇਂਗੇ ਬਣਾ ਤੇ ਉਹ ਤਾਂ ਬੈਠ ਜਾ ਜਰਾ ਖੜਤਾ ਜਾਂਦਾ ਓਏ ਉਹ ਤੇਰੇ ਮਰਦੇ ਤੈਨੂੰ ਫੇਰ ਪੁੱਛਦਾ ਵੇ ਸਾਹਿਬ ਇੱਕ ਮਿੰਟ ਹਾਦਸਾ ਹੋਇਆ ਜੀ, ਕੀ ਕਹਿੰਦਾ ਜੀ? ਬਹੁਤ ਹੀ ਦਰਦਨਾਕ ਹਾਦਸਾ, ਇੰਨਾ ਹਾਦਸਾ ਭੈੜਾ ਕਦੇ ਪਹਿਲਾਂ ਦੇਖਿਆ ਤੱਕ ਨਹੀਂ ਕਿ ਛੋਟੇ ਛੋਟੇ ਬੱਚੇ ਚਾਰ ਸੜਕੇ 'ਤੇ ਕੁਛ ਹੁੰਦਿਆਂ ਬੱਚਿਆਂ ਨੂੰ ਕੱਢ ਲਿਆ ਗਿਆ। ਇਹਦੇ ਲਈ ਜਿੰਨਾ ਵੀ ਇੱਕ ਮੈਨੂੰ ਹੈਰਾਨਗੀ ਹੋਈ ਜਦੋਂ ਪਤਾ ਲੱਗਿਆ ਵੀ ਨਾ ਗੱਡੀ ਪਾਸ ਹੈ ਨਾ ਗੱਡੀ ਕਿਸੇ ਨੇ ਚੈੱਕ ਕੀਤੀ ਹੈ। ਐਡਮਿਨਿਸਟ੍ਰੇਸ਼ਨ ਨੇ, ਮੈਂ ਡਿਪਟੀ ਕਮਿਸ਼ਨਰ ਨੂੰ ਕਿਹਾ ਵੀ ਸਾਰਿਆਂ ਨੂੰ ਪਹਿਲਾਂ ਤਾਂ ਤੁਸੀਂ ਸਾਰਿਆਂ ਦਾ ਚੈੱਕਅਪ ਕਰਾਓ, ਸਾਰਿਆਂ ਦੀ ਚੈੱਕ ਹੋਵੇ ਸਾਰੇ ਸਕੂਲਾਂ ਦੀ, ਕਿ ਉਹਨਾਂ ਕੋਲ ਗੱਡੀਆਂ ਪਾਸ ਵੀ ਨੇ, ਜੇ ਪਾਸ ਨੇ ਉਹਨਾਂ ਦੇ ਪਾਸ ਕਿਹਨੇ ਕੀਤੀਆਂ ਨੇ, ਕਿਵੇਂ ਕੀਤੀਆਂ। ਨੰਬਰ 2 302 ਦਾ ਪਰਚਾ ਦਰਜ ਹੋਣਾ ਚਾਹੀਦਾ ਅਤੇ ਉਹਨਾਂ ਬੱਚਿਆਂ ਦੇ ਬਹੁਤ ਗਰੀਬ ਪਰਿਵਾਰ ਨੇ ਕਿਉਂਕਿ ਗਰੀਬ ਹੀ ਇੱਥੇ ਹੁੰਦੇ ਨੇ, ਉਹਨਾਂ ਨੂੰ ਮੁਆਵਜ਼ਾ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਉਹ ਮਿਲਣਾ ਚਾਹੀਦਾ। ਸਰ ਜਿਹੜੀਆਂ ਇਸ ਦੂਜੇ ਸਕੂਲਾਂ ਦੇ ਵਿੱਚ ਵੀ ਜਮ੍ਹਾਂ ਬੇਕਾਰ ਗੱਡੀਆਂ ਮਤਲਬ ਲਈ ਫਿਰਦੇ ਨੇ ਜੀ, ਮੈਂ ਕਿਹਾ ਡੀਸੀ ਨੂੰ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਸਾਰਿਆਂ ਦੀ ਚੈੱਕਅਪ ਕਰਾਓ ਕਿਹੜੀਆਂ ਗੱਡੀਆਂ ਪਾਸ ਵੀ ਨੇ, ਜੇ ਪਾਸ ਨੇ ਤਾਂ ਕਿਹਨੇ ਪਾਸ ਕੀਤੀ। ਤੇ ਸਕੂਲਾਂ ਦੇ ਵਿੱਚ ਸਰ ਲੋੜ ਤੋਂ ਵੱਧ ਜਿਹੜੇ ਬੱਚਿਆਂ ਨੂੰ ਉਹ ਬਿਠਾ ਕੇ ਗਰਮੀ ਦੇ ਵਿੱਚ ਪੜ੍ਹਾਉਂਦੇ ਨੇ ਜਵਾਕਾਂ ਨੂੰ, ਚੈੱਕਅਪ ਹੋਣੀ ਚਾਹੀਦੀ। ਮੈਂ ਤਾਂ ਹੀ ਕਿਹਾ ਪਹਿਲਾਂ ਇਹ ਸਰ ਗੁੱਸਾ ਨਾ ਮੰਨੋ ਸਰ, ਪਲੀਜ਼ ਵੀ ਤੁਹਾਨੂੰ ਐਂ ਲਾ ਵੀ ਤੁਸੀਂ ਆਇਓ ਸੀ ਤੁਹਾਨੂੰ ਨਹੀਂ ਕਹਿੰਦੇ ਜੀ, ਪਲੀਜ਼ ਇਹ ਪਤਾ ਕੀ ਜੀ ਕਹਿਣ ਦੀਆਂ ਗੱਲਾਂ ਹੋ ਜਾਂਦੀਆਂ ਨੇ, ਸਾਹਮਣੇ ਖੜੋ ਜੀ ਇੱਕ ਮਿੰਟ। ਤੁਸੀਂ ਜੇ ਪਰਸਨਲ ਤੌਰ ਤੇ ਮਹੀਨੇ ਜਾਂ ਦੋ ਤਿੰਨ ਮਹੀਨੇ ਬਾਅਦ ਆਪ ਚੈੱਕ ਕਰੋ ਜੀ, ਫਿਰ ਨਹੀਂ ਲੋੜ ਜੀ, ਤੁਹਾਡਾ ਫਰਜ਼ ਨਹੀਂ ਬਣਦਾ ਜੀ। ਹੋ ਸਕਦਾ ਪਰ ਮੈਂ ਤਾਂ ਅਸੀਂ ਤਾਂ ਤੁਹਾਨੂੰ ਵੋਟਾਂ ਪਾ ਕੇ ਜਿੱਤਾ ਕੇ ਤੋਰ ਦਿੰਦੇ ਹਾਂ, ਤੁਸੀਂ ਮੁੜ ਕੇ ਟਾਈਮ ਵੀ ਨਹੀਂ ਦਿੰਦੇ ਜੀ। ਪਲੀਜ਼ ਬੇਨਤੀ ਹੈ, ਗੁੱਸਾ ਨਾ, ਮੈਂ ਤੁਹਾਨੂੰ ਪਰਸਨਲ ਤੌਰ ਤੇ ਅਟੈਕ ਨਹੀਂ ਕਰਦਾ ਤੁਹਾਡੇ ਤੇ, ਤੁਸੀਂ ਕਿਹੜੀ ਟੀਮ ਨਾਲ ਤੁਹਾਡੇ ਪਿੰਡ ਦੇ ਆਪਣੇ ਹਰੇਕ ਪਿੰਡ ਦੇ ਜਿਹੜੇ ਇੱਥੋਂ ਦੀ ਲੀਡਰਸ਼ਿਪ ਹੈ, ਜਿਹੜੇ ਇੱਥੋਂ ਪਿੰਡ ਦੀ ਲੀਡਰਸ਼ਿਪ ਹੈ, ਕੀ ਉਹ ਨਹੀਂ ਸਕੂਲ ਦੇ ਵਿੱਚ ਜਾ ਕੇ ਚੈੱਕ ਕਰ ਸਕਦੀ ਜੀ? ਨਹੀਂ ਕਰ ਸਕਦੀ, ਕਰਦੇ ਕਦੋਂ ਕੌਣ ਕਰਦਾ ਹੈਗਾ ਜੀ? ਨਹੀਂ ਜਿਹਨਾਂ ਵੋਟਾਂ ਪਾਈ ਕਰਦੇ ਨੇ ਸਰ, ਕਰਦੇ ਨਹੀਂ ਹੈਗੇ ਜੀ। ਦੇਖੋ ਜਿਹੜੇ ਮਰਜ਼ੀ ਸਕੂਲ ਦੇ ਵਿੱਚ ਦੇਖ ਲਓ ਜੀ, ਲੋੜ ਤੋਂ ਅਨੁਸਾਰ ਵੱਧ ਲੋੜ ਤੋਂ ਵੱਧ ਜਿੰਨੇ ਹੁੰਦੇ ਨੇ ਬੱਚੇ ਹੁੰਦੇ ਨੇ ਜੀ ਕਲਾਸਾਂ ਦੇ ਵਿੱਚ, ਇੱਥੇ ਉਹਨਾਂ ਜਿੰਦੇ ਲੱਗੇ ਹੁੰਦੇ ਨੇ। ਸੁਣ ਲਓ ਇਹ ਅਫਸਰਸ਼ਾਹੀ ਨੂੰ ਐਡਮਿਨਿਸਟ੍ਰੇਸ਼ਨ, ਤੁਹਾਡੇ ਤੁਸੀਂ ਪੜ੍ਹੇ ਲਿਖੇ ਹੋ ਸਰ, ਸੂਝਵਾਨ ਹੋ, ਇੱਕ ਵੀ ਬੇਨਤੀ ਹੈ ਜੀ, ਇਹ ਦੱਸੋ ਵੀ ਇੱਕ ਕਲਾਸ ਦੇ ਵਿੱਚ ਸਰ ਇੱਕ ਬੇਨਤੀ ਹੈ ਮਾੜਾ ਜਿਹਾ ਦੱਸੋ ਜੀ, ਇੱਕ ਕਲਾਸ ਦੇ ਵਿੱਚ ਇੱਕ ਟੀਚਰ ਕੋਲ ਕਿੰਨੇ ਬੱਚੇ ਹੋਣੇ ਜ਼ਰੂਰੀ ਨੇ ਜੀ? ਯਾਰ ਹੁਣ ਦੱਸੋ ਪਹਿਲਾਂ ਬੱਚੇ ਦਾਖਲ ਕੌਣ ਕਰਾਉਂਦੇ ਨੇ? ਦਾਖਲ ਸਰ ਹੁਣ ਦੇਖੋ ਬੱਚਿਆਂ ਨੂੰ ਕਿੱਧਰ ਲਿਜਾਈਏ? ਨਹੀਂ ਮੇਰੀ ਗੱਲ ਸੁਣੋ, ਚੀਠ ਸਾਹਿਬ ਕੀ ਕਹਿਣਾ ਚਾਹੁੰਦੇ? ਕੋਈ ਜਗ੍ਹਾ ਹੀ ਨਹੀਂ, ਜਦੋਂ ਉਹਨਾਂ ਕੋਲ ਜਗ੍ਹਾ ਹੀ ਨਹੀਂ, ਹਾਂਜੀ, ਤੇ ਉੱਥੇ ਜਾ ਕੇ ਆਪਾਂ ਦਾਖਲ ਕਰਾਉਣੇ ਸਰ? ਉਹ ਪਹਿਲਾਂ ਤਾਂ ਕਹਿ ਦਿੰਦੇ ਨੇ ਜੀ ਵੀ ਅਸੀਂ ਇੱਕ ਮਿੰਟ ਖੜੋ ਜੀ, ਡੇਢ ਸਾਲ ਦਾ ਪ੍ਰਸ਼ਾਸਨ ਹਾਦਸੇ ਤੋਂ ਬਾਅਦ ਹੀ ਕਿਉਂ ਜਾਗਦਾ ਜੀ? ਪ੍ਰਸ਼ਾਸਨ ਉਦੋਂ ਜਾਗਦਾ ਜਦੋਂ ਸਾਰਾ ਕੁਝ ਵਾਪਸ ਜਾਂਦਾ। ਹੁਣ ਸਾਰਾ ਕੁਝ ਅੱਜ ਹੁਣੀ ਮੈਨੂੰ ਦੱਸ ਰਹੇ ਸੀ ਕਿ ਪਹਿਲਾਂ ਜਿਹੜਾ ਸ਼ਹੀਦ ਹੋਇਆ ਉਹਨੂੰ ਸ਼ਹੀਦ ਵੀ ਨਹੀਂ ਐਲਾਨਿਆ, ਅਜੇ ਤੱਕ ਉਹਨੂੰ ਕੋਈ ਉਹਦੀ ਮੁਆਵਜ਼ਾ ਨਹੀਂ ਦਿੱਤਾ। ਇਹ ਉਹਨਾਂ ਹੀ ਕਹਿਣਾ ਚਾਹੀਦਾ ਜਿਹੜਾ ਸਰਕਾਰ ਕਰ ਸਕਦੀ ਹੋਵੇ, ਜਿਹੜੀ ਸਰਕਾਰ ਵੀ ਹੋਵੇ, ਕੋਈ ਵੀ ਕਿਸੇ ਦੀ ਵੀ ਹੋ ਸਕਦੀ ਹੈ, ਉਹ ਸਰਕਾਰ ਨੂੰ ਇਹ ਚਾਹੀਦਾ ਕਿ ਉਹ ਡੰਡਾ ਲੈ ਕੇ ਇਹ ਗੱਲ ਕਰੇ ਕਿ ਭਾਈ ਇਹਦੀ ਚੈੱਕਿੰਗ ਕਿਉਂ ਨਹੀਂ ਹੋਈ ਸਰ, ਅਤੇ ਫਿਰ ਜਿਹੜੀ ਕੀਤਾ ਅਨਾਊਂਸ ਕੀਤਾ ਪੂਰਾ ਹੋਣਾ ਚਾਹੀਦਾ। ਸਰ ਕੈਪਟਨ ਸਾਹਿਬ ਨੂੰ ਕੀ ਅਪੀਲ ਕਰ ਰਹੇ ਹੋ? ਅਪੀਲ ਤਾਂ ਇਹੀ ਹੈ ਕਿ ਸਾਰਾ ਚੈੱਕਅਪ ਕਰਾਉਣ, ਸਾਰੇ ਸਕੂਲਾਂ ਦੀ ਚੈੱਕਅਪ ਕਰਾਉਣ, ਔਰ ਇਹ ਜਿਹੜੇ ਬੱਚਿਆਂ ਨੂੰ
302 ਦਾ ਪਰਚਾ ਦਰਜ ਹੋ ਕੇ ਇਹਨਾਂ ਬੱਚਿਆਂ ਦੇ ਮਾਪਿਆਂ ਨੂੰ ਬਹੁਤ ਗਰੀਬ ਮਾਪੇ ਨੇ ਉਹਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ ਅਤੇ ਬਾਕੀ ਤਾਂ ਕਿ ਫਿਰ ਨਾ ਕੋਈ ਵਾਪਰੇ ਐਸਾ ਅਤੇ ਉਹ ਸਾਰੇ ਚੈੱਕ ਕਰ ਜੀ ਬਹੁਤ ਬਹੁਤ ਧੰਨਵਾਦ ਰਸਤਾ ਸਾਰਿਆਂ ਦੀ ਦਰਦਾ ਦੇਖ ਆਹ ਵੀ ਮੁਲਾਜ਼ਮ ਵੀ ਵਿਚਾਰੇ ਹੈ ਇਹਨਾਂ ਦਾ ਮੂੰਹ ਦੇਖ ਲਿਆ ਕਿਵੇਂ ਹੋਇਆ ਪਿਆ ਹੈ ਇਹ ਵੀ ਵਿਚਾਰੇ ਆਪਣੇ ਭਾਈ ਨੇ ਉਹਦੀ ਪਹੁੰਚੇ ਹਾਂ ਇਹਨਾਂ ਨੇ ਵੀ ਦਰਦ ਬਣਾਇਆ ਇਹਨਾਂ ਵੀ ਉਨੀ ਦਰਦ ਹੈ ਇਹ ਆਪਣੀ ਨੇ ਵੀ ਭੈਣ ਭਾਈ ਇਹ ਵੀ ਆਪਣੀ ਕੋਈ ਨਾ ਕੋਈ ਲਾੜ ਲੜਾਉਂਦੀਆਂ ਇਹ ਤਾਂ ਸਰ ਇਹਨਾਂ ਨੇ ਆਪਣੀ ਮਨ ਮਰਜ਼ੀ ਨਾਲ ਸੈਲ ਕਰਕੇ ਵੈਨ ਖਰੀਦੀ ਹੈ ਜੀ 15 ਸਾਲ ਜੀ 15 ਇਅਰਸ ਠੀਕ ਹੈ ਜੀ ਹਾਂਜੀ more than 15 any vehicle more than 15 years or it is not fit for to be used right should be put off the road. Right and put liquid kar de idhar side te kar mantri ji aao bhai ji aa jao oh right hi chalo idhar aa jao baad channel wale aa gaye vir ji idhar nahi ਦੇਖੀ ਸਾਈਡ ਤੇ ਬੱਜ ਪਿਆ ਗੱਲ ਕਰਦਾ
ਦੋ ਬੱਚੇ ਜ਼ਖਮੀ ਹੋਏ ਉਹਨੇ ਜਾਣਾ ਚਾਹੀਦਾ ਦੋ ਅਸੀਂ ਦੇਖੇ ਦੇ ਤਾਂ ਜਿਹੜਾ ਮਨਜ਼ੂਰ ਹੈ ਸਰਕਾਰ ਨੇ ਅਤੇ ਪ੍ਰਸ਼ਾਸਨ ਨੇ ਸਾਫ ਕੀਤਾ ਜੀ ਉਹਨੇ ਤਾਂ ਲਿਖਤੀ ਰੂਪ 'ਚ ਕਰਨਾ ਚਾਹੀਦਾ ਤੁਸੀਂ ਕੀ ਲਿਖ ਕੇ ਦਿੱਤਾ ਪੜ੍ਹ ਦਿਓ ਜੀ ਪੜ੍ਹ ਦਿਓ ਆਪ ਹੀ ਪੜ੍ਹ ਦਿਓ ਪਰਿਵਾਰ ਦੇ ਮੈਂਬਰਾਂ ਨੂੰ ਜਿਹੜੇ ਬੱਚੇ ਸਾਡੇ ਚਾਰ ਬੱਚੇ ਚਲੇ ਉਹਨਾਂ ਨੂੰ ਪੰਜਾਹ ਲੱਖ ਦਾ ਪ੍ਰਤੀ ਵੀ ਜ਼ਖਮੀ ਬੱਚੇ ਜਿਹੜੇ 8 ਬੱਚੇ ਜ਼ਖਮੀ ਹੋਏ 12 ਬੱਚੇ ਅਤੇ ਚਾਰ ਬੱਚੇ ਸੜ ਗਏ ਅਤੇ 8 ਬੱਚੇ ਬਚ ਗਏ ਅਤੇ ਉਹਨਾਂ ਨੂੰ 20 ਲੱਖ ਪ੍ਰਤੀ ਅਤੇ ਜਿਹੜੇ ਵੀ ਬੋਰਡ ਵੱਲੋਂ ਇਹਨਾਂ ਨੂੰ ICI ਹੈ ਚਾਹੇ ਪੰਜਾਬ ਬੋਰਡ ਹੈ ਚਾਹੇ CBSE ਇਹਨਾਂ ਬੋਰਡ ਦੀ ਜਿਹੜੇ ਨੇ ਇਹ ਬਿਲਡਿੰਗ ਦੇਖੋ ਬਿਲਡਿੰਗ ਦੇਖੇ ਤੋਂ ਬਿਨਾਂ ਇਹਨਾਂ ਦੀ ਕੋਈ ਸਟਰਕਚਰ ਹੈ ਹੀ ਨਹੀਂ ਉਹਦੇ ਬਿਨਾਂ ਕਿਵੇਂ ਇਹਨਾਂ ਨੇ ਮਾਨਤਾ ਦੇ ਦਿੱਤੀ ਇਸ ਬੋਰਡ ਅਤੇ ਦੂਸਰੀ ਬੈਨ ਮਾਲਕ ਤੇ ਜਿਹੜੇ ਨੇ ਬੈਨ ਪਾਈ ਉਹ ਤੇ ਅਤੇ ਬਾਕੀ ਜਿਹੜੀ ਟਰਾਂਸਪੋਰਟ ਨੇ ਇਹ ਕਿਹੜੇ ਆਧਾਰ 'ਤੇ ਇਹਨਾਂ ਨੂੰ ਕਿਸ ਢੰਗ ਨਾਲ ਦਿੱਤੀ ਇਹਨਾਂ ਨੂੰ NOC ਉਹਦੇ ਪਰਚਾ ਨਹੀਂ ਟਰਾਂਸਪੋਰਟ ਦਾ ਹਲੇ ਪਰਚਾ ਦਾ ਟਰਾਂਸਪੋਰਟ ਦਾ ਉਹ ਪਰਸੋਂ ਲੈ ਕੇ ਆਇਆ ਕਬਾੜੀਏ ਤੋਂ ਉਹਦਾ ਰਜਿਸਟਰਡ ਹੀ ਨਹੀਂ ਹੈ RTA ਕੋਲ ਇਹਦਾ ਗੱਡੀ ਰਜਿਸਟਰਡ ਹੀ ਨਹੀਂ ਹੈ ਨਾ ਉਹਦੇ ਕੋਲ ਕਾਗਜ਼ ਉਹਦੇ ਕਹਿੰਦੇ ਕਬਾੜੀਓ ਗੱਡੀ ਕੋਈ ਬੰਦਾ ਜਾ ਕੇ ਲਿਆਇਆ ਅਤੇ ਉਹ ਉੱਥੇ ਕਿਸੇ ਨੂੰ ਕੀ ਪਤਾ ਕਿ ਕੌਣ ਲੈ ਕੇ ਆਇਆ ਅਤੇ ਕਿੱਥੇ ਲੈ ਕੇ ਆਇਆ ਜਦੋਂ ਮਹਿਕਮੇ ਕੋਲ ਜਾ ਕੇ ਗੱਡੀ ਦਾ ਨੰਬਰ ਲਵਾਊਗਾ ਜਾਂ ਆਪਣੇ ਨਾਮ ਟਰਾਂਸਫਰ ਕਰਾਊਗਾ ਤਾਂ ਹੀ ਕੋਈ ਬੰਦਾ ਚੈੱਕ ਕਰੂ ਨਾ ਉਹ RTA ਨੇ ਸ਼ਾਇਦ ਉਹੀ ਕਿਹਾ ਕਿ ਉਹਦਾ ਗੱਡੀ ਉਹ ਕੋਲ ਨਹੀਂ ਤਾਂ ਪਰਸੋਂ ਰਾਤ ਨੂੰ ਕਬਾੜੀ ਤੋਂ ਖਰੀਦ ਕੇ ਲਿਆਇਆ 20,000 ਰੁਪਏ ਦੀ ਜਾਂ 15,000 ਰੁਪਏ ਉਹ ਜਿਹੜੀ ਉਹ ਕਾਰਵਾਈ ਉਹਨਾਂ ਦੇ ਉੱਪਰ ਪਰਚਾ ਹੋਣ ਦੀ ਗੱਲ ਹੈ ਮਾਲਕਾਂ ਦੀ ਗੱਲ ਹੈ ਜਾਂ ਟਰਾਂਸਪੋਰਟ ਦੇ ਮੈਂ ਸਰ ਇੱਕ ਗੱਲ ਕਹਿੰਦਾ ਜੀ ਜਿਹੜੀ ਟਰਾਂਸਪੋਰਟ ਅਦਰਵਾਈਜ਼ ਇਹ ਬੱਸ ਰਜਿਸਟਰਡ ਹੁੰਦਾ ਇਹ ਵੀ ਚੱਲਦੀ ਜੇ ਰਜਿਸਟਰਡ ਹੁੰਦੀ ਇਹ ਚੱਲ ਗਈ ਅੱਗ ਲੱਗ ਗਈ ਜੇ ਦੂਸਰੀਆਂ ਵੀ ਨੇ ਹੋ ਸਕਦਾ ਜਿਹੜੀਆਂ ਇਹਨੇ ਦੂਜੀਆਂ ਪਾਈਆਂ ਨੇ ਉਹਨਾਂ ਦੇ ਕੱਢ ਦਿੱਤੇ ਇਹਨਾਂ ਦੀ ਜਮਾ ਖੱਟੜ ਗੱਡੀਆਂ ਨੇ ਸਾਰੀਆਂ ਜੋ ਸਰਕਾਰ ਹੈ ਜੀ ਉਹਦੀ ਜ਼ਿੰਮੇਵਾਰੀ ਕੀ ਬਣਦੀ ਹੈ ਜੇ ਰਹੀ ਹੈ ਇੱਕ ਵਾਰ ਜੋ ਗੱਡੀਆਂ ਪਰਮੇਸ਼ਰ ਕਹਿੰਦੇ ਨੇ ਸਕੂਲ ਜੋ ਸਰਕਾਰ ਉਹਦੀ ਬਣਦੀ ਜ਼ਿੰਮੇਵਾਰੀ ਕੀ ਹੈ ਜੀ ਗਵਰਨਮੈਂਟ ਦੇਖੇ ਆਪ ਕਿੰਨੀਆਂ ਪੈਸਾ ਨੇ ਸਾਰਾ ਰਿਕਾਰਡ ਦਿੱਤਾ ਜਾਂਦਾ ਸਕੂਲਾਂ ਤੋਂ ਵੀ ਸਾਡੇ ਸਕੂਲ ਦੇ ਵਿੱਚ ਇੰਨੀਆਂ ਪੈਸਾ ਨੇ ਜੀ ਇੰਨਾ ਹੋਇਆ ਇਹਨਾਂ ਨੇ ਫਿਰ ਜੇ ਰਿਕਾਰਡ ਦਿੱਤਾ ਇਹਦਾ ਹਿਸਾਬ ਇਹਨਾਂ ਨੂੰ ਮੰਜੂਰੀ ਵੀ ਨਹੀਂ ਸੋਧ ਸਿਖਾ ਇਹਨਾਂ ਦਾ ਇਹ ਤਾਂ ਇਹਨਾਂ ਦੀ ਪ੍ਰਾਪਰਟੀ ਜ਼ਬਤ ਕਰੋ ਗੱਲ ਖਤਮ ਉਹਨਾਂ ਨੂੰ ਪ੍ਰਾਪਰਟੀ ਦੇ ਕੇ ਦੋ ਨੰਬਰ ਦੀ ਗੱਡੀ ਚਲਾ ਰਹੇ ਤਾਂ ਸਾਰੇ ਜੀ ਨੇ ਇੱਕ ਵਾਰ ਦੀ ਚਾਰ ਪਰਜਾਂ ਦੀਆਂ ਕੁੜੀਆਂ ਇੱਕ ਮਿੰਟ ਖੜ ਜਾਓ ਇੱਕ ਮਿੰਟ ਜੀ ਇੱਕ ਮਿੰਟ ਕੋਈ ਹੈ ਹੀ ਨਹੀਂ ਕੋਈ ਰਾਜਾ ਬਾਬਾ ਇੱਕ ਮਿੰਟ ਇੱਕ ਮਿੰਟ ਇਹਦੇ ਵਿੱਚ ਸਰਕਾਰੀ ਉਹ ਤਾਂ ਕਮੇਟੀ ਤੱਕ ਹਾਂ ਜੀ ਹਾਂ ਜਿਹੜੇ ਪਰਿਵਾਰ ਦੇ ਮੈਂਬਰ ਹੈ ਜੀ ਬਾਕੀ ਤੋਂ ਦੇਖੋ ਕਮੇਟੀ ਦੇ ਸਾਰੇ ਇਹਨਾਂ ਆਏ ਜਿਹੜੇ ਸੱਤ ਮੈਂਬਰ ਹੀ ਹੈ ਸੱਤ ਅੱਠ ਨਹੀਂ ਜਿਹਨਾਂ ਦੇ ਵਿੱਚ ਸੁਖਦੇਵ ਸਿੰਘ ਇਹਨਾਂ ਦੇ ਬੱਚੇ ਸੀ ਲਖਵੀਰ ਸਿੰਘ ਸਾਨੂੰ ਜੋ ਪਰਿਵਾਰ ਆ ਜਿਹੜਾ ਪਹਿਲੀ ਐਕਸੀਡੈਂਟ ਦੇ ਵਿੱਚ ਆ ਉਹ ਨਹੀਂ ਕੁਛ ਸੋਚ ਸਕਦਾ ਇਸ ਕਰਕੇ ਜਿਹੜਾ ਕਮਲਜੀਤ ਵਿੱਕੀ ਨੇ ਇੱਥੇ ਉਹਨਾਂ ਨਾਲ ਰਾਬਤਾ ਕਾਇਮ ਕਰਨ ਕੋਈ ਗੱਲਬਾਤ ਲੈ ਕੇ ਉਹਨਾਂ ਨੂੰ ਤਾਂ ਸਪਸ਼ਟ ਲੈ ਕੇ
ਕੇ ਆਉਣ, ਇਸ ਕਰਕੇ ਅਸੀਂ ਪਹਿਲਾਂ ਵੀ ਕਹੀ ਕੋਈ ਲੋਲੀਪੋਪ ਸਾਡੇ ਕੋਲ ਲੈ ਕੇ ਨਾ ਇਸ ਕਰਕੇ ਕੋਈ ਵੀ ਆਓ ਜਨਤਕ ਜਥੇਬੰਦੀਆਂ ਸਾਰੀਆਂ ਨਾ ਬੋਲ ਕੇ ਅਸੀਂ ਉਹਨਾਂ ਦੇ ਨਾਲ ਸਾਰੇ ਪਿੰਡ ਬਸਤੀਆਂ ਸਾਡੀ ਸਹਿਮਤੀ ਹੋਵੇ, ਬਾਕੀ ਪਰਿਵਾਰ ਨੇ ਸਹਿਮਤੀ ਦਿੱਤੀ ਹੈ ਕਿ ਜਨਤਕ ਜਥੇਬੰਦੀਆਂ ਦੇ ਨਾਲ ਕੁਛ ਪਰਿਵਾਰ ਦੇ ਮੈਂਬਰ ਪਾਏ ਨੇ, ਕੁਛ ਸਮਾਜਿਕ ਬੰਦੇ ਪਾਏ ਨੇ, ਉਸ ਬੰਦਿਆਂ ਦੇ ਨਾਲ ਪਰਿਵਾਰ ਦੀ ਸਹਿਮਤੀ ਆ। ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਜੇ ਪ੍ਰਸ਼ਾਸਨ ਦੇ ਨਾਲ ਕੋਈ ਵੀ ਆਸਮਾਰੀ ਕੋਈ ਗੱਲ ਕਰਦਾ ਉਹ ਨਾ ਕੀਤੀ ਜਾਵੇ, ਕਿਉਂਕਿ ਪ੍ਰਸ਼ਾਸਨ ਜਿਹੜਾ ਬਹੁਤ ਚਲਾਕ ਕਿਸਮ ਦੇ ਹੁੰਦੇ ਨੇ। ਜਿਵੇਂ ਅਸੀਂ ਪਹਿਲਾਂ ਗੱਲ ਕਰਕੇ ਆਏ ਕਿ ਪਰਿਵਾਰ ਦਾ ਮਸਲਾ ਆ, ਇਹ ਪ੍ਰਸ਼ਾਸਨ ਦਾ ਜਿਹੜਾ ਹੁੰਦਾ ਵੱਡੀਆਂ ਵੱਡੀਆਂ ਜਥੇਬੰਦੀਆਂ ਨੇ ਜਿਹਦੇ ਨਾਲ ਵਾਅਦੇ ਕਰਕੇ ਮੁੱਕਰ ਜਾਂਦੇ ਹੁੰਦੇ ਨੇ, ਵੱਡੇ ਵੱਡੇ ਮੀਟਿੰਗਾਂ ਦੇ ਅੰਦਰ ਧਰਨਿਆਂ ਦੇ ਅੰਦਰ ਕਹਿ ਕੇ ਮੁੱਕਰ ਜਾਂਦੇ ਹੁੰਦੇ ਨੇ, ਪਰ ਫਿਰ ਵੀ ਮਤਲਬ ਇਹਨੂੰ ਅਸੀਂ ਕਿਵੇਂ ਉਹ ਲੈ ਕੇ ਆਉਣਾ। ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਕੋਈ ਗੱਲ ਕਰਨੀ ਆ ਅਤੇ ਕਨਵੀਨਰ ਜਿਹੜਾ ਕਮਲਜੀਤ ਵਿੱਕੀ ਜੀ ਨੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਬਸ। ਠੀਕ ਹੈ ਜੀ, ਠੀਕ ਹੈ, ਸ਼ੁਰੂ ਰੱਖੋ। ਹਾਂ, ਬਾਕੀ ਸਟੇਜ ਆ ਜਿਹੜੀ ਸ਼ੁਰੂ ਰਣਜੀਤ ਸਿੰਘ ਜੀ ਕੇ ਯੂ ਗ੍ਰਾਹਕ ਦੇ ਉਹ ਆਪਣੇ ਵਿਚਾਰ ਰੱਖਣਗੇ ਸਾਥੀ ਰਣਜੀਤ ਸਿੰਘ ਜੀ ਦੇ। ਹੈਲੋ, ਵਿਨੋਦ ਜੀ ਨਾ ਕੋਈ ਨਹੀਂ, ਹਾਂਜੀ ਹਾਂਜੀ ਕੋਈ ਨਹੀਂ ਸਰ, ਕੋਈ ਹਾਂਜੀ ਕੋਈ ਗੱਲ ਨਹੀਂ। ਠੀਕ ਹੈ ਜੀ, ਐਸ ਐਸ ਪੀ ਸਾਹਿਬ ਜੀ ਆਪ ਪਿੱਛੇ ਖੜੇ ਹੋ, ਆਇਓ ਸਰ, ਆਇਓ ਸਰ, ਇੰਨਾ ਵੱਡਾ ਹਾਦਸਾ ਵਾਪਰ ਗਿਆ। ਇੱਕ ਵਾਰੀ ਚੁੱਪ ਰਹੋ ਯਾਰ ਸਾਰੇ। ਹਾਂਜੀ ਸਰ, ਬੜੀ ਦੁਖਦਾਇਕ ਘਟਨਾ ਹੈ, ਕਿਸੀ ਪ੍ਰਾਈਵੇਟ ਸਕੂਲ ਵਾਲੇ ਨੇ ਕੱਲ੍ਹ ਹੀ ਕਿਸੀ ਕੁਮਾਰੀਏ ਸੇ
एक पुराना पुरानी मरुति वैन खरीदी थी और उसके अंदर आज इस स्कूल के प्राइवेट स्कूल के ये बच्चे चल रहे हैं, जिसको जिस मरुति वैन को पीछे से आग लग गई। ना तो वो वैन रजिस्टर्ड है, ना वो वैन, क्योंकि वो कबाड़ी से खरीदी गई है तो वो 20-22 साल पुरानी है। उसके इंजन में बच्चे उस आग की लपेट के अंदर फंस गए और चार बच्चों की जान चली। प्रशासन की तरफ से, सरकार की तरफ से हर प्रकार की कोशिश मालिक को, प्रिंसिपल को पकड़ने की, और जो जो लोग की लापरवाही है उनके ऊपर सख्त कदम लेने के लिए प्रशासन और सरकार की तरफ से कारगुजारी हो रही है। मुख्यमंत्री जी ने अपनी तरफ से एक जुडिशियल कमीशन की बात की है ताकि इस मामले की तहकीकात तक जाया जा सके, नीचे तक जाकर इसकी कार्रवाई हो, और बच्चों के परिवारों को जो कॉम्पनसेशन की बात है वो उसके लिए भी सरकार पाबंद है। जिनके कोई चोट लगी है उनका फ्री मेडिकल ट्रीटमेंट हो सके उसके लिए भी सरकार पाबंद है, और हम सब लोग यहाँ पर परिवार के साथियों के साथ बात करने के लिए हाजिर हैं कि क्या किस प्रकार से और सहायता परिवार को चाहिए उसके लिए। सर, पूरी सहायता का ऐलान किया गया, बताया जा रहा है कि 4 लाख रुपए है। पूरी सरकार जो भी पॉलिसी है सरकार की उसके हिसाब से इस परिवार को एक्स्ट्रा कॉम्पनसेशन देने की भी हमने बात की है, क्योंकि परिवार के लोग अभी अपने बाकी परिवार के साथियों से बात कर रहे हैं और जब उसके ऊपर फैसला हो जाएगा सरकार की तरफ से इस स्कूल और उसमें और स्टाफ के ऊपर करने की जरूरत होगी। जहां जहां पर लापरवाही होगी उसके ऊपर सख्त कार्रवाई। कौन कौन से कितने बच्चे, क्या बेटी लड़कियां हैं, कोई जानकारी हासिल हो? 4 बच्चे हैं, 2 बेटियां हैं, 2 बेटे हैं, और सभी 5-5 साल लगभग उनकी उम्र है, 5 साल 6 साल अलग अलग उम्र है, और सभी उसमें से 3 बच्चे एक ही परिवार, बड़े परिवार के अंदर से एक ही 3 बच्चे आते हैं और एक बच्चा दूसरे परिवार से है। और मैं विश्वास से परिवार को भी इस बात का आश्वासन दिलाना चाहता हूं और समाज के अंदर भी ये बात जुम्मेवारी से कहना चाहता हूं कि सरकार सख्त से सख्त कार्रवाई उन लोगों पे करेगी जिनकी लापरवाही। स्कूलों में ऐसे व्हीकल चल रहे हैं इलीगल रूप में, मैंने पहले ही कहा कि जैसे अगर एक व्हीकल की मियाद 15 साल है, 15 साल के बाद कोई भी व्हीकल किसी भी स्कूल में चल रहा होगा उसके ऊपर सख्त कार्रवाई की जाएगी। और अगर इसके अंदर पहले कोई कमी रही है, कोई लापरवाही रही है उसके अंदर, जिन अफसरों की रही है उनके ऊपर सख्त कार्रवाई। मुटले तोड़ दे कोई ऐलान किया गया जी? हां जी, मुटले तोड़ दे उत्ते कोई कंपनसेशन दा ऐलान किया गया जी? मैं दस्या कि असी परिवार नाल गल कर रहे हैं, इहदी इक पॉलिसी हुंदी है कि जिहड़े जिहड़े परिवारां दे कोई ऐसे हादसे हो जांदे उहनां नूं कंपनसेशन सरकार दिंदी है। जो कंपनसेशन पहलां सरकार ने दित्ती हुई है उस तों वध कंपनसेशन देवांगे जिन्ना भी असी कर सकांगे, क्योंकि एक कोई इहदे च कोई कंपनसेशन रिलेटेड इशू नहीं है। इत्थे जाना चली गई हैं, जिहड़ा नुकसान हो गया परिवारों का ये दुख की गल है। दिस इज़ नॉट अ पोलीटिकल इशू, दिस इज़ अ परसनल इशू, एंड जिहड़े बंदियां दे कैमरामैन मुकुल दिलाल, भूमिका मान, दैनिक सवेरा टीवी, पिंडलोंगोवाल, संगरूर।